ਇੱਥੇ ਆਇਆ, ਪਰਿਵਾਰ ਨਾਲ ਮੇਰੀ ਗੱਲ ਹੋਈ ਹੈ। ਮੁੰਡੇ ਦਾ, ਲੜਕੇ ਦਾ ਜਨਮ 1998 ਵਿੱਚ ਜਨਮ ਹੋਇਆ ਸੀ ਲੜਕੇ ਦਾ, ਅਤੇ 18 ਸਾਲ ਦੀ ਉਮਰ ਦੇ ਵਿੱਚ ਭਰਤੀ ਹੋ ਗਿਆ ਸੀ। 22 ਸਾਲ ਉਮਰ ਹੈ ਉਹਦੀ, 2018 ਦੇ ਵਿੱਚ ਕਹਿ ਰਹੇ ਨੇ ਭਰਤੀ ਹੋਇਆ ਸੀਗਾ। ਅਤੇ ਹੁਣ ਇਹਦੀ 10 ਮਹੀਨਿਆਂ ਤੋਂ ਲੇਹ ਲਦਾਖ ਹੀ ਪੋਸਟਿੰਗ ਚੱਲ ਰਹੀ ਸੀ, ਇਸ ਤੋਂ ਪਹਿਲਾਂ ਕਿਤੇ ਹੋਰ ਪੋਸਟਿੰਗ ਸੀਗੀ। ਅਤੇ ਹੁਣ ਵਾਪਸ ਆਉਣਾ ਸੀ, ਉਹਨੇ ਉਹਦੀ ਇੰਗੇਜਮੈਂਟ ਵੀ ਹੋਈ ਹੋਈ ਸੀਗੀ, ਅਤੇ ਆਹ ਹੋ ਗਈ ਹੈ ਘਟਨਾ। ਇਹਦੇ ਬਾਰੇ ਮੈਂ ਮੇਵਾ ਸਿੰਘ ਸਰਪੰਚ ਤੋਲਾਵਾਲ। ਅੱਜ ਜੋ ਇੱਕ ਬੜੀ ਭਿਆਨਕ ਘਟਨਾ ਵਾਪਰੀ ਹੈ, ਗੁਰਵਿੰਦਰ ਸਿੰਘ ਪੁੱਤਰ ਲਾਭ ਸਿੰਘ ਆਰਮੀ ਦੇ ਵਿੱਚ ਸ਼ਹੀਦ ਹੋਏ ਹਨ ਲੇਹ ਲਦਾਖ ਚੀਨ ਵਿਖੇ। ਉਹਨਾਂ ਦੇ ਫਾਦਰ ਸਾਹਿਬ ਖੇਤੀ ਕਰਦੇ ਹਨ, ਮਾਤਾ ਬਿਰਧ ਹਨ, ਦੋ ਭਰਾ ਸਨ, ਇੱਕ ਭੈਣ ਹੈ, ਇੱਕ ਵੱਡਾ ਭਰਾ ਵਿਆਹਿਆ ਹੋਇਆ, ਭੈਣ ਵਿਆਹੀ ਹੋਈ ਹੈ। ਇਹ ਅਨਮੈਰਿਡ ਸੀ, ਪਰ ਬਹੁਤ ਦੁੱਖ ਹੋਇਆ ਨਗਰ ਨੂੰ ਵੀ, ਸੰਸਾਰ ਤੱਕ ਇਹ ਆਪਣੇ ਸਾਰੇ ਜੋ ਘਟਨਾ ਵਾਪਰੀ ਇਸ ਦੀ ਖਬਰ ਪਹੁੰਚੀ ਗਈ ਹੈ। ਕਦੋਂ ਪਤਾ ਲੱਗਿਆ ਸਰਪੰਚ ਸਾਹਿਬ ਦੇ ਪਿੰਡ ਦੇ ਵਿੱਚ ਤੁਸੀਂ? ਹਾਂ, ਅੱਜ ਸਵੇਰੇ 6 ਵਜੇ ਤਕਰੀਬਨ ਪਤਾ ਲੱਗ ਗਿਆ ਸੀ। ਉਦੋਂ ਬਾਅਦ ਕਨਫਰਮ ਕੀਤਾ SDM ਮੈਡਮ ਨਾਲ, ਤਹਿਸੀਲਦਾਰ ਸਾਹਿਬ ਨਾਲ, DC ਤੱਕ। ਉਹਨਾਂ ਦਾ ਉਸ ਟਾਈਮ ਫੋਨ ਨਹੀਂ ਚੱਕਿਆ ਗਿਆ। ਚਲੋ, ਉਦੋਂ ਬਾਅਦ ਉਹਨਾਂ ਨੇ ਜਵਾਬ ਦਿੱਤਾ, ਸਾਨੂੰ ਜਾਣਕਾਰੀ ਲੈ ਕੇ ਦਿੱਤੀ। ਹੁਣ ਤਹਿਸੀਲਦਾਰ ਸਾਹਿਬ ਆਏ ਸੀ, ਉਹਨਾਂ ਨੇ ਦੱਸਿਆ, ਕਹਿੰਦੇ ਸਵੇਰ ਤੱਕ ਜਿਹੜੀ ਡੈੱਡ ਬੋਡੀ ਹੈ ਪਹੁੰਚ ਜਾਣੀ ਹੈ।